स्वागत है किसान वीरो तुहाडा सिद्क डेयरी फार्मिंग दे विच। किसान वीरो अज जिहड़ी वीडियो बना रहे हैं पिंड हरिनो, ये पिंड फरीदकोट जिले का, तो इनू कोटकपुरा तहसील पैंदी है। कोटकपुरे तो जो आप दसो अवलू कोटली जाने तो उस सड़क के उत्ते रामयाणी तो पहला नेड़े दे कासम भट्टी पिंड है, इधरले पास पिंड आ जाता है। जिहड़े घर चो वीडियो बना रहे हैं दसो भाई व्यापार का काम करता, तो फिर रूटीन च पशु विक्री वाले आउंदे। अज जिहड़ी वीडियो बन रही है इहदे दो मझां तुसीं देखोगे जिहड़ियां मैं तुहानूं दिखाउणियां। हालांकि नाग घरे होर भी खड़े होंदे, तुसीं इस साइड ते देख सकदे हो जिहड़े पशु बैठे है, इह भी विक्री वाले है। पर बहुते पशु इत्थे छेती विक जांदे क्योंकि डेयरियां ते माल जांदा, पशु भाई साफ सुथरा खरीददा, सोहणियां मझां होंदियां, उहदे करके विक्री भी उन्नी ज़्यादा जिहड़ी इत्थे होंदी है। सो दो नाग मझां च दिखाउणे आ तुहानूं। इहदा मझ बिल्कुल ही दोस्तो ताज़ी सूई भी, इहदा बच्चा तुसीं इधर देखोगे हजे पूरा उठण भी नहीं लगा, तो एक गां भी हैगी है। सो आपां तीन नाग तुहानूं अज दी वीडियो च दिखाउण लगे हां, तुसीं वीडियो नूं एंड तक देखियो। तुहानूं जिहड़ा पशु जचूगा दोस्तो उहदी तसल्ली कर लिओ आ के। थणवाने वाले पक्ष तो मझां दोनों ही बहुत साफ सुथरियां, स्ट्रक्चर पक्ष तो इस झोटी की जे आपां गल करिए बरीक चमड़ी की है, तो पिछों चौड़ी है अगों पतली होंदी जांदी है, सोहनी झोटी है। आओ शुरुआत इसे तो करते हैं। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਗੋਰੇ ਬਾਈ ਅੱਜ ਆਪਾਂ ਨਾਗ ਤਾਂ ਤਿੰਨ ਹੀ ਦਿਖਾਵਾਂਗੇ, ਹੈ ਨਾ? ਹਾਂਜੀ ਵੀਰ ਜੀ। ਜੋ ਸੂਈਆਂ ਸੁਆਈਆਂ ਮੱਝਾਂ ਦੇਖਦੇ ਆ, ਬੱਚੇ ਸੁੱਖ ਨਾਲ ਵਾਹਵਾ ਬਾਹਰ ਵੱਧੇ ਵੀ ਆ ਬਾਈ। ਕੁਛ ਮਹਿੰਗੀਆਂ ਵਿਕੀਆਂ ਵੀ ਆ। ਅੱਛਾ, ਕੁਛ ਕਈ ਵਾਰ ਟਾਈਮ ਆਪਦਾ ਵੀ ਨਹੀਂ ਹੁੰਦਾ, ਜਿਵੇਂ ਕਿ ਕੱਲ ਮਹਿੰਗੀਆਂ ਸੁਈਆਂ ਉਹ ਬਹੁਤ ਸਾਰੇ ਸਾਫ਼ ਕੀਤੀਆਂ ਹੁੰਦੀਆਂ। ਠੀਕ ਹੈ, ਮਤਲਬ ਜਿਵੇਂ ਤਿਆਰ ਹੋਈ ਜਾਣਗੀਆਂ ਉਹ ਦਿਖਾਈ ਚੱਲੇ। ਅੱਛਾ, ਇਹ ਝੋਟੀ ਬਾਈ ਗੱਬਣ? ਇਹ ਗੱਬਣ ਆ, ਦੂਜਾ ਸੂਆ ਬਾਈ। ਦੂਜਾ ਸੂਆ? ਦਿਨ ਕਿੰਨੇ ਚਲੇ ਜੂ? ਦਿਨ ਦੋ ਤਿੰਨ ਦਿਨ ਲੈ ਜੂ ਬਾਈ। ਠੀਕ ਹੈ ਗੋਰੇ ਬਾਈ, ਚਲੋ ਦੁੱਧ ਤਾਂ ਅਗਲੇ ਨੇ ਆਪਦੀ ਸੇਵਾ ਨਾਲ ਚੋਣਾ, ਪਰ ਜੇ ਢਾਂਚੇ ਨੂੰ ਦੇਖਦੇ ਆ ਤਾਂ ਕਿੰਨਾ ਕੁ ਦੁੱਧ ਅੰਦਾਜ਼ਾ ਜਿਹਾ ਲੱਗਦਾ ਵੀ ਬਾਈ? ਯਾਰ ਅੰਦਾਜ਼ਾ ਇਹਦਾ ਨਾ, ਜਿਵੇਂ ਦੀ ਕੁਆਲਿਟੀ ਹੈ, ਜੇ ਕੋਈ ਬੰਦਾ ਮੈਂ ਆਣਾ ਚਾਹੁੰਦਾ ਵੀ ਆ ਕੇ ਬੰਦਾ ਖਰੀਦ ਕੇ ਵੇਖੇ। ਠੀਕ ਹੈ, ਜਿਹੜਾ ਕੋਈ ਆਵੇ ਤਾਂ ਘਰੇ ਰੱਖਣ ਨੂੰ ਬਾਹਲੀਆਂ ਲੋੜ ਨਹੀਂ। ਠੀਕ ਹੈ, ਇੰਨਾ ਸੁੱਪਣਾ ਇਹਦਾ ਜੀ, ਬਰੀਕੀਆਂ ਧੋਣ ਮੂੰਹ ਦੀ। ਠੀਕ ਹੈ, ਕੀ ਰੇਟ ਰੱਖਾਂਗੇ ਕੋਲ? ਇਹਦਾ 1,20,000 ਰੁਪਏ। ਠੀਕ ਹੈ ਦੋਸਤੋ, ਜਿਹੜੀ ਸੁਹੱਪਣ ਦੀ ਗੱਲ ਕੀਤੀ ਹੈ ਨਾ, ਪਿੱਛੋਂ ਮੱਝ ਭਾਰੀ ਹੈ, ਅੱਗੋਂ ਪਤਲੀ ਹੈ, ਧੋਣ ਲੰਬੀ ਹੈ। 1,20,000 ਰੇਟ ਹੈ, ਪਰ ਵੈਸੇ ਵੀ ਗੱਲਾਂ ਬਾਈ ਨਾਲ ਹੁੰਦੀਆਂ ਸੀ, ਅਤੇ ਵੀਰ ਕਹਿੰਦਾ ਵੀ ਜਿਹੜਾ ਇਹਦਾ ਸਟਰਕਚਰ ਹੈ ਜਾਂ ਇਹਦੀਆਂ ਬਰੀਕੀਆਂ, ਜਿਵੇਂ ਇਹਦੀ ਚਮੜੀ ਬਰੀਕ ਹੈ, ਤਾਂ ਉਮੀਦ ਹੈ ਵੀ ਇਹ ਸੋਹਣਾ ਦੁੱਧ ਪਾ ਦੂਗੀ। ਦਰਮਿਆਨੇ ਜੇ ਕੱਦ ਕਾਠ 'ਚ ਹੈ, 1,20,000 ਰੇਟ ਹੈ, ਪਰ ਹਵਾਨਾ ਬੜਾ ਸਾਫ਼ ਸੁਥਰਾ ਤਿਆਰ ਹੈ, ਅਤੇ ਚਮੜੀ ਇਹਦੀ ਬਿਲਕੁਲ ਕਾਗਜ਼ ਵਰਗੀ ਤੁਹਾਨੂੰ ਨਜ਼ਰ ਆਊਗੀ ਜਦੋਂ ਤੁਸੀਂ ਆ ਗਏ, ਉਦੋਂ ਵੀ ਤੁਸੀਂ ਦੇਖੋਗੇ। ਹਵਾਨਾ ਅੱਗੇ ਨੂੰ ਵੀ ਚੰਗਾ ਹੈ, ਅਤੇ ਪਿਛਾਂਹ ਨੂੰ ਵੀ ਹਵਾਨਾ ਚੰਗਾ ਦਿਸਦਾ। ਸੋ ਹਵਾਨਾ ਤਾਂ ਤੁਸੀਂ ਦੋਸਤ ਇੱਥੋਂ ਕਲੀਅਰ ਦਿਸਦਾ ਆਪਾਂ ਨੂੰ, ਦੇਖ ਰਹੇ ਹੋਵੋਗੇ। ਹਜੇ 3-4 ਦਿਨ ਝੋਟੀ ਨੇ ਲੈ ਜਾਣੇ ਆ ਸੂਨ ਦੇ ਵਿੱਚ, ਕਿਉਂਕਿ ਬਾਹਲੀ ਢਿੱਲੀ ਨਹੀਂ ਉੱਤੋਂ ਪਈ ਹਜੇ। ਬਾਈ ਪੂਛ ਫੜੀ ਜੀ, ਖਾਣ ਪੀਣ ਨੂੰ ਤਾਂ ਸੀਲ ਠੰਡੀ ਜੀ, ਬਹੁਤ ਜ਼ਿਆਦਾ ਹੈ ਜੀ। ਠੀਕ ਹੈ, ਐਂ ਜਿਵੇਂ ਮਰਜ਼ੀ ਬਹਿ ਜਾਓ ਜੀ। ਠੀਕ ਹੈ, ਅਤੇ ਹਜੇ ਦਿਨ ਵੀ ਹਜੇ ਲੈ ਜਾਣੇ ਹਨ, ਦਿਨ ਹਜੇ ਲੈ ਜੂਗੀ ਜੀ। ਸਹੀ ਹੈ, ਬਾਕੀ ਕੁਆਲਿਟੀ ਬਹੁਤ ਹੈ ਜੀ, ਮੈਂ ਚਾਹੁੰਦਾ ਵੀ ਆ ਕੇ ਕੋਈ ਵੇਖ ਕੇ ਲੈਵੇ ਨਾ ਜੀ। ਠੀਕ ਹੈ, ਅਤੇ ਰੂਹ ਖੁਸ਼ ਹੋਏਗੀ ਸਾਡੀ ਵੀ ਜਦੋਂ ਵਿਹਣੇ ਇਹੋ ਜਿਹਾ ਜਾਨਵਰ ਨਾ ਜੀ। ਸਹੀ ਹੈ। ਸੋ ਦੋਸਤੋ ਆ ਕੇ ਦੇਖਿਓ ਜੀ, ਅਗਾੜੀ ਚੰਗੀ ਦਿਸਦੀ ਹੈ, ਥਣ ਦਾ ਸਾਈਜ਼ ਸੋਹਣਾ ਹੈ, ਦੁੱਧ ਤੁਹਾਡੀ ਸੇਵਾ ਦਾ। ਇੱਕ ਮੱਝ ਹੋਰ ਜਿਹੜੀ ਹੁਣੇ ਸੂਈ ਹੈ, ਕਦੋਂ ਕੁ ਸੂਈ ਹੈ? ਇਹਨੂੰ ਹੋ ਗਏ 5 ਘੰਟੇ ਜੀ। ਠੀਕ ਹੈ, ਜੇਰ ਪੈ ਗਈ ਸੀ? ਜੇਰ ਪੈ ਗਈ ਜੀ, ਪੁੜਾ ਵੀ ਮੈਂ ਆਵੇ ਚੱਕ ਗਈ, ਜਲਦੀ ਪੈ ਗਈ, 1-1.5 ਘੰਟੇ ਸੀ। ਠੀਕ ਹੈ। ਅੱਛਾ, ਬੱਚਾ ਕੱਟਾ ਦਿੱਤਾ? ਬੱਚਾ ਕੱਟਾ ਜੀ, ਦੁੱਧ ਕੱਢਿਆ ਵੀ ਹੈ, ਗੱਟੇ ਨੂੰ ਚੰਗਾਇਆ ਬੱਚੇ ਨੂੰ ਪੀਤਾ ਦੁੱਧ ਫੁੱਲ। ਕੀ ਰੇਟ ਕਰ ਦਿਓ? ਇਹਦਾ ਵੀ 1,20,000 ਖੁੱਲ੍ਹ। ਸੋ ਦੱਸੋ, ਇਹ ਵੱਡੀ ਮੱਝ ਹੈ, ਥਣ ਵੀ ਸੋਹਣੇ ਹੈ, ਹਵਾਨਾ ਕੁਛ ਬੱਚੇ ਨੂੰ ਦੁੱਧ ਪਿਆਇਆ, ਕੁਛ ਇਹਦਾ ਚੋਇਆ, ਉਹ ਤੁਸੀਂ ਇਹਦਾ ਹਵਾਨਾ ਉਸ ਹਿਸਾਬ 'ਤੇ ਫਿਰ ਵੀ ਤਿਆਰੀ ਚੰਗੀ ਦਿਸਦੀ ਹੈ। ਭਲੂਣ ਹਜੇ ਲੱਤਾਂ 'ਤੇ ਹੈਗੀ ਹੈ, ਪੁੜਾ ਮੱਝ ਨੇ ਚੱਕਣਾ ਸ਼ੁਰੂ ਕਰਤਾ। ਆਮ ਤੌਰ 'ਤੇ ਜਦੋਂ ਜੇਰ ਪੈ ਜਾਂਦੀ ਹੈ ਤਾਂ ਫਿਰ ਮੱਝ ਆਪਦੇ ਪੁੜੇ ਜਿਹੜੇ ਉਹ ਸੈੱਟ ਕਰਨ ਲੱਗ ਜਾਂਦੀ ਹੈ। ਹਵਾਨਾ ਬਹੁਤ ਸੋਹਣਾ ਦੋਸਤੋ, ਇੱਕੋ ਜਿਹੇ ਥਣ ਹੈ, ਅਤੇ ਥਣ ਦਾ ਸਾਈਜ਼ ਵੀ ਪਸੰਦ ਆਉਣ ਵਾਲਾ। ਇਹਦੀ ਵੀ ਅਗਾੜੀ ਸੋਹਣੀ ਹੈ, ਦੁੱਧ ਕਿੰਨਾ ਝੋਲੋਂਗੇ ਤੁਹਾਡੀ ਸੇਵਾ 'ਤੇ ਹੈ, ਤੁਹਾਡੀ ਸਮਝ ਹੈ, ਪਰ ਮੱਝ ਸੋਹਣੀ ਹੈ। ਰੇਟ ਇਹਦਾ ਵੀ 1,20,000 ਹੈ। ਤੁਸੀਂ ਸੂਈ ਸਵਾਈ ਖਰੀਦਣ ਦੇ ਸ਼ੌਕੀਨ ਹੈ ਤਾਂ ਤੁਹਾਡੇ ਲਈ ਇਹ ਮੱਝ ਹੈਗੀ ਹੈ, ਅਤੇ ਜੇ ਤੁਸੀਂ ਗੱਭਣ ਖਰੀਦਣੀ ਹੈ ਤਾਂ ਇੱਕ ਝੋਟੀ ਬਹੁਤ ਸੋਹਣੀ ਹੈ ਜਿਹੜੀ ਮੈਂ ਪਹਿਲਾਂ ਦਿਖਾ। ਬਾਕੀ ਚੋਣ ਪਸਮਾ ਇਹਦਾ ਵੀ ਬਹੁਤ ਚੰਗਾ ਜੀ। ਠੀਕ ਹੈ, ਚੋਣ ਦੁੱਧ ਹਮੇਸ਼ਾ ਥਣ ਦੇ ਮੁਨਸਰ ਹੁੰਦਾ ਜੀ। ਬਿਲਕੁਲ, ਜੇ ਥਣ ਮਾੜਾ ਹੈ, ਮਜ਼ਬੂਤ ਨਹੀਂ ਜੀ, ਤੇ ਕੋਈ ਵੀ ਦੁੱਧ ਮੈਂ ਉਮੀਦ ਨਹੀਂ ਕਰ ਸਕਦੇ ਵੀ ਕਿੰਨਾ ਦੇਵੇ। ਸਹੀ ਹੈ। ਸੋ ਦੱਸੋ, ਥਣ ਬਹੁਤ ਸੋਹਣਾ ਲੱਗਾ ਮੱਝ ਦੇ, ਹਵਾਨਾ ਵੀ ਚੰਗਾ ਦਿਖਾਉਂਦੀ ਹੈ, ਬੱਚਾ ਇਹਦੇ ਨਾਲ ਕੱਟਾ। ਇੱਕ ਗਾਂ ਵਿੱਚ ਨਹੀਂ ਬਾਈ ਨੇ ਗੋਰੇ ਬਾਈ, ਇਹ ਕਿੰਨਾ ਸੂਆ? ਇਹ ਤੀਜਾ ਸੂਆ ਜੀ। ਦਿਨ ਕਿੰਨੇ ਲਓ? ਇਹ ਦਿਨ ਹਜੇ 5-6 ਦਿਨ ਲੈ ਜੂਗੀ ਜੀ। ਕੀ ਰੇਟ ਰਹੂਗਾ? ਇਹਦਾ 52,000 ਰੁਪਏ ਜੀ। ਖੁੱਲ੍ਹ। ਸੋ ਦੱਸੋ, ਹੈ ਥੋੜ੍ਹਾ ਕਰੋਸ ਅੰਗ, ਥਣ ਬਹੁਤ ਸੋਹਣਾ ਲੱਗਾ, 52,000 ਰੇਟ ਹੈ,
सियाल आ जाना है, दुध भी सोहना पाउंदी रहेगी क्योंकि रुत चंगी आ जानी है, मिल्क वेन चंगी आउंदी है, स्ट्रक्चर इहदा तुसीं देख सकदे हो। डिमांड 52,000 दी है, हजे दिन ये गाने जिहड़े उह लै जाने। मिल्क वेन इहदे दोनों साइड तो बहुत चंगी आउंदी है, थण क्योंकि थोड़ा क्रॉसिंग मैं कहा तो हाथी चवाई वाला आटोमैटिक ही हो जाना है, ढांचा सोहना। सो ये तीन नाग अज की इस वीडियो दे विच बाई कोल विक्री वाले सी ठंडी सील है। मैं जिवें कहा सी बाई कोल हर टाइम ही पशु होंदे आ, अंदर भी दो मझां खड़ियां दिसणगियां तुहानू, इहनां तों बिना इधर भी दो मझां खड़ियां, ते दो मझां तुहानू पहलां दिखा चुके आ। नग जदों भी आऊंगे मंडी आंगू ही सुखना तुहानू इत्थे सोहणे पशु दिसणगे, पर वीडियो च उही लाई दे आ जिहड़े जां तां बिल्कुल ताज़ा सूए ते मौका मिल जाए वीडियो बनाउण दा, जिवें मझ नूं इक नूं 5 घंटे होए सूई नूं, ते जां जमां ठोकरां ते आ। बाकी जिहड़ियां झोटियां जे उदूं पहलां नहीं विकदियां तां वीडियो च उदन आउणगियां जिदन बाई ने बाल्टी च पैंदा दुध तुहानूं दस्सिया वी इन्ना तैयार है। सो अज दी वीडियो च तिन नाग सी, तुसीं आपदी समझ नाल जिहड़ा पशु जचिया उही खरीद लिओ, नंबर स्क्रीन उत्ते हमेशा ही चलदा रहिंदा। धन्नवाद दोस्तों वीडियो देखण लई।